ਮੈਂ ਪਛਾਣਿਆ ਨੀ। ਨਹੀਂ ਆ ਨੀ ਰਹੀ ਜੀ ਪਛਾਣ। ਨਹੀਂ ਵੀਰ ਹੋਰੀ ਕੀ ਲੱਗਦੇ ਹੈਗੇ ਆਪਣੇ? ਹਾਂਜੀ ਮੈਂ ਵੀਰ ਹੋਰੀ ਕੀ ਲੱਗਦੇ ਆ? ਆ ਭਤੀਜਾ ਹੈ ਮੇਰਾ। ਹਾਂਜੀ ਭਤੀਜਾ ਹੈ ਮੇਰਾ। ਭਤੀਜੇ ਦਾ ਨਾਂ ਦਾ ਨੀ ਪਤਾ? ਭਤੀਜੇ ਦਾ ਨਾਂ ਰਘਵੀਰ ਹੈ। ਹਾਂਜੀ ਰਘਵੀਰ ਹੈ। ਰਘਵੀਰ ਕੈਨੇਡਾ ਗਿਆ ਹੋਇਆ। ਤੇ ਫਿਰ ਮੈਂ ਕੈਨੇਡਾ 'ਚ ਗਿਆ ਗੁਰਵੀਰ ਹੀ ਗੱਲ ਕਰ ਰਿਹਾ ਤੁਹਾਡਾ ਭਤੀਜਾ। ਅੱਛਾ ਹੈਲੋ। ਅੱਛਾ ਹਾਂਜੀ ਹਾਂਜੀ ਕੀ ਹਾਲ ਚਾਲ ਹੈ? ਬੜੇ ਚਿਰ ਬਾਅਦ ਫੋਨ ਕੀਤਾ। ਬਸ ਵਧੀਆ ਵਧੀਆ ਮੈਂ ਕਿਹਾ। ਹੈਲੋ। ਹਾਂਜੀ ਮੈਂ ਫੋਨ ਬੜੇ ਚਿਰ ਬਾਅਦ ਕੀਤਾ, ਯਾਦ ਹੀ ਨਹੀਂ ਕਰਿਆ ਮੁੜ ਕੇ। ਬਸ ਇੱਦਾਂ ਥੋੜ੍ਹਾ ਜਿਹਾ ਕਾਰਜ ਬਿਜ਼ੀ ਹੋ ਗਈ ਸੀ ਅੱਜ ਜੀ। ਅੱਛਾ ਹੋਰ ਕੋਈ ਸੇਵਾ ਸੁਵਾ ਮੇਰੇ ਲਾਇਕ? ਨਹੀਂ ਬਹੁਤ ਵਧੀਆ ਬਹੁਤ ਵਧੀਆ ਯਾਰ, ਮੈਨੂੰ ਤਾਂ ਭੁੱਲ ਭੱਲ ਗਿਆ ਸੀਗਾ। ਮੈਂ ਕਿਹਾ ਮੇਰੇ ਵੀ ਦਿਮਾਗ ਚੋਂ ਨਿਕਲ ਗਈ ਗੱਲ। ਹੋਰ ਕੋਈ ਨਵੀਂ ਤਾਜ਼ੀ? ਨਵੀਂ ਤਾਂ ਜੀ ਠੀਕ ਹੈ, ਵਧੀਆ ਚੱਲੀ ਜਾਂਦਾ। ਬਸ ਝੋਨਾ ਲਾ ਕੇ ਹਟੇ ਆ। ਕਿੰਨਾ ਸੋਹਣਾ ਲਾਇਆ ਝੋਨਾ? ਹਾਂ ਬਸ ਲਾਇਆ ਸੀ, ਕਿੱਲਾ ਕੇ ਰਹਿੰਦਾ ਸੀਗਾ, ਹੁਣ ਛੇਤਾ ਲਾਇਆ ਸੀ। ਚਲੋ ਸਹੀ। ਹੋਰ ਕੋਈ ਨਵੀਂ ਤਾਜ਼ੀ? ਨਵੀਂ ਤਾਂ ਜੀ ਠੀਕ ਹੈ, ਬਸ ਵਧੀਆ। ਫੋਨ ਫਾਨ ਕਰਦੇ ਰਿਹਾ ਕਰੋ, ਗੱਲਬਾਤ ਹੋ ਗਈ ਬਹੁਤ ਵਧੀਆ। ਹੈਲੋ। ਹਾਂ ਮੈਨੂੰ ਐਨ ਕੇ ਮੈਂ ਫੋਨ ਤੁਹਾਨੂੰ ਇੱਦਾਂ ਲਾਇਆ ਸੀ, ਛੋਟਾ ਜਿਹਾ ਅੱਜ ਇੱਕ ਜ਼ਿੰਮੇਵਾਰੀ ਦੇਣੀ ਆ ਤੁਹਾਨੂੰ ਤੇ ਗੱਲ ਆਪਣੇ ਕਹਿਣੀ ਚਾਹੀਦੀ ਆ। ਠੀਕ ਹੈ। ਪੈਸੇ ਭੇਜਣੇ ਆ ਤੁਹਾਡੇ ਖਾਤੇ 'ਚ, 7-8 ਲੱਖ ਰੁਪਈਆ ਪਾਉਣਾ ਸੀ। ਖਾਤਾ ਭਲਾ ਕਿਹੜੀ ਬੈਂਕ 'ਚ ਆਪਣਾ? ਅੱਛਾ ਮੇਰਾ ਹੈਗਾ ਆਪਣੇ ਪੰਜਾਬ ਬੈਂਕ 'ਚ, ਪੰਜਾਬ ਨੈਸ਼ਨਲ ਬੈਂਕ 'ਚ। ਪਤਾ ਕੀ ਗੱਲ ਆ ਚਾਚਾ ਜੀ, ਆਪਾਂ ਨਾ ਇੱਥੇ ਪਲਾਟ ਦਾ ਸੌਦਾ ਕੀਤਾ ਸੀ ਬੰਦੇ ਨਾਲ, ਜਿਹੜੇ ਬੰਦੇ ਨਾਲ ਸੌਦਾ ਹੋਇਆ ਨਾ ਉਹਦੀ ਬਿਮਾਰ ਆ, ਹਾਰਟ ਪੇਸ਼ੈਂਟ ਆ, ਆਪਰੇਟ ਹੋਣਾ ਪੈਣੇ ਤੇ ਬੜੀ ਐਮਰਜੈਂਸੀ ਲੋੜ ਆ ਪੈਸਿਆਂ ਦੀ। ਆਪਾਂ ਉਹਨਾਂ ਨੂੰ ਦੇਣਾ ਬਿਆਨਾ 4 ਲੱਖ ਰੁਪਇਆ ਅੱਜ ਦੇਣਾ, ਬਾਕੀ ਪੇਮੈਂਟ ਦੇਣੀ ਆ 2-3 ਮਹੀਨੇ ਠਹਿਰ ਕੇ, ਤਾਂ ਕਰਕੇ ਭੇਜਣ ਲੱਗਿਆ ਪੈਸੇ ਨੇ। ਅੱਛਾ ਨਹੀਂ ਹੁਣ ਤੁਸੀਂ ਪੈਸੇ ਇਹ ਮੈਨੂੰ ਭੇਜ ਰਹੇ ਕਿ ਤੁਹਾਨੂੰ ਦੇਣੇ ਆ? ਹਾਂਜੀ ਚਾਚਾ ਜੀ। ਪੈਸੇ ਮੈਂ ਕਿਹਾ ਤੁਸੀਂ ਕਿੱਥੇ ਭੇਜ ਰਹੇ ਹੋ? ਮੈਂ ਕਿਹਾ ਮੈਂ ਤੁਹਾਨੂੰ ਮੈਸੇਜ ਕਰਦਾ, ਹਾਂ ਇਹਦਾ ਤੇ ਮੈਨੂੰ ਕਾਪੀ ਦਾ ਜਾਂ ਚੈੱਕ ਦਾ ਫੋਟੋ ਪਾ ਦਿਓ, ਕਿਹੜੀ ਬੈਂਕ 'ਚ ਅਕਾਊਂਟ ਆਪਣਾ। ਅੱਛਾ ਨਹੀਂ ਚੈੱਕ ਪਾਉਣਾ ਕਿ ਫੋਟੋ ਪਾਉਣੀ ਹੈ? ਚੈੱਕ ਦੀ ਫੋਟੋ ਪਾ ਦਿਓ ਜਾਂ ਕਾਪੀ ਦੀ ਪਾ ਦਿਓ। ਅੱਛਾ ਹਾਂਜੀ ਹਾਂਜੀ। ਅੱਛਾ ਉਸ ਪਰ ਤੁਸੀਂ ਕੀ ਕਰੋਗੇ, ਪੈਸੇ ਪਾਓਗੇ? ਹਾਂਜੀ ਹਾਂਜੀ। ਕਿੰਨੇ ਪੈਸੇ ਪਾਓਗੇ? 7-8 ਲੱਖ ਰੁਪਇਆ ਬਣ ਜਾਣਾ। 7-8 ਲੱਖ ਰੁਪਈਆ? ਨਹੀਂ ਪਰ ਪਲਾਟ ਤੁਸੀਂ ਲੈ ਰਹੇ ਹੋ, ਮੈਨੂੰ ਕਿਉਂ ਪਾ ਰਹੇ ਹੋ ਪੈਸੇ? ਗੱਲ ਸੁਣੋ, ਚਾਚੇ ਦਾ ਭਤੀਜਾ ਉੱਲੂ ਦਾ ਪੱਠਿਆ ਤੈਨੂੰ ਗੱਲ ਸੁਣ ਮੇਰੀ, ਚਾਚੇ ਦਾ ਭਤੀਜਾ ਉੱਲੂ ਦਾ ਪੱਠਿਆ ਤੈਨੂੰ ਪਤਾ? ਫੋਨ ਕਿੱਥੇ ਲਾਈ ਬੈਠੇ ਤੂੰ? ਹੈਲੋ ਕਿਉਂ ਐਂ ਮਾਰਦੇ?